13 गैंगस्टर गिरफ्तार। जिहड़ा रैकी वगैरह करते हैं, मैसेज करते हैं, लोगों को धमकियां देते हैं, पैसे के लिए जिहड़ा मैसेजेस पहुंचाने हैं, उसके बाद जिहड़ा है फिर किसी ना किसी को टारगेट करते। गोल्डी ब्राड नाल जुड़े ने तार। अमृत बल जिहड़ा कि यूएसए का रहने वाला है, प्रगट जिहड़ा पटियाले का रहने वाला है, हाल इंग्लैंड रह रहा है। ਡਰਾ ਧਮਕਾ ਕੇ ਪੈਸੇ ਵਸੂਲਣ ਵਾਲੇ ਤੇ ਸੁਪਾਰੀ ਲੈ ਕੇ ਕਤਲ ਕਰਨ ਵਾਲੇ 13 ਗੈਂਗਸਟਰਾਂ ਨੂੰ ਖੰਨਾ ਪੁਲਿਸ ਨੇ ਫੜ ਲਿਆ, ਪਰ ਇਹਨਾਂ ਦੇ ਸਰਗਨਾ ਬੈਠੇ ਨੇ ਅਮਰੀਕਾ ਤੇ ਇੰਗਲੈਂਡ ਦੇ ਵਿੱਚ, ਜੋ ਵਿਦੇਸ਼ 'ਚੋਂ ਲੁੱਕ ਕੇ ਪੰਜਾਬ ਨੂੰ ਲਹੂ ਲੁਹਾਨ ਕਰਨ ਦੀ ਕੋਸ਼ਿਸ਼ 'ਚ ਲੱਗੇ ਨੇ। ਤੇ ਅਹਿਮ ਗੱਲ ਇਹ ਕਿ ਇਹਨਾਂ ਦੇ ਸਰਗਨਾ ਅੰਮ੍ਰਿਤ ਬਲ ਅਤੇ ਪ੍ਰਗਟ ਸਿੰਘ ਕਮਾਂਡ ਲੈਂਦੇ ਸਨ ਗੋਲਡੀ ਬਰਾੜ ਤੋਂ, ਜੋ ਪੰਜਾਬ ਦਾ ਦੁਸ਼ਮਣ ਹੈ, ਕਿਉਂਕਿ ਉਹ ਵਾਰ ਵਾਰ ਪੰਜਾਬ 'ਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸਾਜਿਸ਼ ਕਰਦਾ ਰਹਿੰਦਾ। ਪਰ ਖੰਨਾ ਪੁਲਿਸ ਨੇ ਗੋਲਡੀ ਬਰਾੜ ਦੇ ਇਸ਼ਾਰੇ ਤੇ ਕੰਮ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ। 13 ਮੁਲਜ਼ਮ ਫੜੇ ਗਏ ਨੇ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਾੜੀ ਖੇਤ ਨੂੰ ਖਾ ਰਹੀ ਸੀ। ਖੰਨਾ ਦਾ ਰਹਿਣ ਵਾਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਸੁਖਵੀਰ ਸਿੰਘ ਇਸ ਗੈਂਗ ਲਈ ਕੰਮ ਕਰ ਰਿਹਾ ਸੀ। ਜਿਨ੍ਹਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਪਹਿਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਸੁਖਵੀਰ ਸਿੰਘ ਹੈ, ਮਹਿੰਦਰ ਵਰਮਾ, ਸ਼ਮਸ਼ੇਰ ਸਿੰਘ, ਸੰਦੀਪ ਸਿੰਘ, ਪਰਵੀਨ, रमेश चौहान, चार्ल्स उर्फ प्रिंस, हरसिमरनजीत, गुरजंट सिंह, वारिस अली, दलजीत सिंह, सरबजोत संधू ते रफी ने। इन मुलजमान के खिलाफ यूएपीए तहत केस दर्ज कर लिया गया ते 3 गैंगस्टरां नूं भी नामजद किया गया। इन्हां दे विच एक नाम है गैंगस्टर जग्गू भगवानपुरिया, अमरीका च बैठा गैंगस्टर अमृत बल, इंग्लैंड च बैठा गैंगस्टर प्रगट सिंह। कुछ मेन बंदे जिहड़े नामजद होए हैं ਉਹਨਾਂ ਵਿੱਚੋਂ ਅੰਮ੍ਰਿਤ ਬਲ ਜਿਹੜਾ ਕਿ ਯੂਐਸਏ ਦਾ ਰਹਿਣ ਵਾਲਾ ਹੈ, ਹਾਲ ਪਿੱਛੇ ਜਿਹੜਾ ਇਹ ਮਾਡਲ ਟਾਊਨ ਪੁਲਤ ਦਾ ਰਹਿਣ ਵਾਲਾ ਹੈ, ਜੱਗੂ ਭਗਵਾਨਪੁਰੀਆ, ਪ੍ਰਗਟ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਹੈ, ਹਾਲ ਇੰਗਲੈਂਡ ਰਹਿ ਰਿਹਾ ਹੈ, ਇੱਕ ਜੈਕ ਰਾਜਸਥਾਨ ਦਾ ਹੈ ਜਿਹੜਾ ਕਿ ਦੀਪਕ ਟੀਨੂ ਜਦੋਂ ਭੱਜਿਆ ਸੀ ਇਸਨੇ ਸਾਰਾ ਇਨੀਸ਼ੀਅਲੀ ਉਹਨੂੰ ਅਰੇਂਜ ਕਰਕੇ ਜਿਹੜਾ ਹੈਲਪ ਅਰੇਂਜ ਕੀਤੀ ਸੀ ਮਾਨਸਾ ਤੋਂ ਜਦੋਂ ਭੱਜਿਆ। ਇਹ ਪ੍ਰਮੋਦ ਬ੍ਰਾਹਮਣ ਜਿਹੜਾ ਹੈ ਇਹ ਅੰਮ੍ਰਿਤਸਰ ਦਾ ਆਈਡੈਂਟੀਫਾਈ ਹੋਏ ਹਨ। ਇਹਨਾਂ ਸਾਰਿਆਂ ਦੀ ਅਰੈਸਟ ਲਈ ਹਾਲੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਗੈਂਗ ਵੀ ਫਿਰੌਤੀ ਮੰਗਣ ਦਾ ਕੰਮ ਕਰਦਾ ਸੀ। ਕਈ ਕਾਰੋਬਾਰੀ ਇਸ ਗੈਂਗ ਦੇ ਨਿਸ਼ਾਨੇ ਤੇ ਸਨ। ਸਰਹੱਦ ਪਾਰੋਂ ਗੈਂਗ ਨੂੰ ਹਥਿਆਰ ਸਪਲਾਈ ਹੁੰਦੇ ਸੀ। ਜੈਕ ਰਾਜਸਥਾਨ ਦਾ ਹੈ ਜਿਹੜਾ ਕਿ ਦੀਪਕ ਟੀਨੂ ਜਦੋਂ ਭੱਜਿਆ ਸੀ ਇਸਨੇ ਸਾਰਾ ਇਨੀਸ਼ੀਅਲੀ ਉਹਨੂੰ ਅਰੇਂਜ ਕਰਕੇ ਜਿਹੜਾ ਹੈਲਪ ਅਰੇਂਜ ਕੀਤੀ ਸੀ ਮਾਨਸਾ ਤੋਂ ਜਦੋਂ ਭੱਜਿਆ। ਇਹ ਪ੍ਰਮੋਦ ਬ੍ਰਾਹਮਣ ਜਿਹੜਾ ਹੈ ਇਹ ਅੰਮ੍ਰਿਤਸਰ ਦਾ ਆਈਡੈਂਟੀਫਾਈ ਹੋਏ ਹਨ। ਇਹਨਾਂ ਸਾਰਿਆਂ ਦੀ ਅਰੈਸਟ ਲਈ ਹਾਲੇ ਉਪਰਾਲੇ ਕੀਤੇ ਜਾ ਰਹੇ ਹਨ। ਔਰ ਸਾਨੂੰ ਉਮੀਦ ਹੈ ਕਿ ਵੀ ਇਹਦੇ ਵਿੱਚ ਜੋ ਵੀ ਹੋਰ ਜਿਹੜੀ ਲੀਡਸ ਹੈ ਉਹਨਾਂ ਤੇ ਸਾਰਿਆਂ ਤੇ ਕੰਮ ਕਰਦੇ ਹੋਏ ਅਸੀਂ ਜੋ ਬਾਕੀ ਰਹਿੰਦੇ ਸ਼ਖਸ ਹੈ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰਾਂਗੇ। ਵਿਦੇਸ਼ 'ਚ ਬੈਠੇ ਆਪਣੇ ਆਕਾਵਾਂ ਦੇ ਇਸ਼ਾਰੇ ਤੇ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਧਮਕਾ ਕੇ ਫਿਰੌਤੀ ਮੰਗਣਾ ਅੱਜ ਕੱਲ੍ਹ ਪੰਜਾਬ 'ਚ ਆਮ ਗੱਲ ਹੋਈ ਪਈ ਹੈ। ਇਸ ਦੀ ਉਦਾਹਰਣ ਇਹ 3 ਤਸਵੀਰਾਂ ਨੇ। 7 ਦਸੰਬਰ 2022 ਨੂੰ ਨਕੋਦਰ 'ਚ ਕਪੜਾ ਵਪਾਰੀ ਟਿਮੀ ਚਾਵਲਾ ਦਾ ਕਤਲ ਹੋਇਆ ਕਿਉਂਕਿ ਉਸਨੇ ਫਿਰੌਤੀ ਨਹੀਂ ਦਿੱਤੀ ਸੀ। 11 ਅਕਤੂਬਰ 2022 ਨੂੰ ਤਰਨਤਾਰਨ 'ਚ ਇੱਕ ਦੁਕਾਨਦਾਰ ਦਾ ਕਤਲ ਕੀਤਾ ਗਿਆ ਕਿਉਂਕਿ ਉਸਨੇ ਵੀ ਫਿਰੌਤੀ ਦੇਣ ਤੋਂ ਇਨਕਾਰ ਕੀਤਾ ਸੀ। ਮੋਗਾ ਦੇ ਵਿੱਚ ਸਰੇਆਮ ਖਫਾ ਗੈਂਗਸਟਰ ਕਾਰੋਬਾਰੀ ਦੇ ਘਰ ਤੇ ਗੋਲੀਆਂ ਚਲਾ ਕੇ ਗਏ ਸਨ ਕਿਉਂਕਿ ਅਰਸ਼ ਡੱਲਾ ਦੇ ਕਹਿਣ ਤੇ ਇਸ ਕਾਰੋਬਾਰੀ ਤੋਂ ਫਿਰੌਤੀ ਮੰਗੀ ਗਈ ਸੀ, ਪਰ ਜਦੋਂ ਫਿਰੌਤੀ ਦਿੱਤੀ ਨਹੀਂ ਗਈ ਤਾਂ ਗੋਲੀਆਂ ਚਲਾਈਆਂ ਗਈਆਂ, ਉਹ ਵੀ ਪੁਲਿਸ ਦੀ ਮੌਜੂਦਗੀ ਦੇ ਵਿੱਚ। ਪੰਜਾਬ ਪੁਲਿਸ ਦੀ ਇਸ ਕਾਰਵਾਈ ਨੇ ਤਾਂ ਗੈਂਗਸਟਰਾਂ ਨੂੰ ਝਟਕਾ ਦਿੱਤਾ, ਪਰ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣਾ, ਨਾ ਮਿਲਣ ਤੇ ਖੂਨ ਵਹਾਉਣਾ, ਅੱਤਵਾਦੀਆਂ ਨਾਲ ਮਿਲ ਕੇ ਦਹਿਸ਼ਤ ਫੈਲਾਉਣਾ ਭਿਆਨਕ ਵਰਤਾਰਾ ਹੈ ਜਿਸ ਨੂੰ ਰੋਕਣਾ ਪੰਜਾਬ ਪੁਲਿਸ ਲਈ ਫਿਲਹਾਲ ਵੱਡੀ ਚੁਣੌਤੀ ਹੈ ਕਿਉਂਕਿ ਗੈਂਗਸ ਦੇ ਸਰਗਨਾ ਤਾਂ ਸਰਹੱਦ ਤੋਂ ਪਾਰ ਵਿਦੇਸ਼ਾਂ 'ਚ ਲੁਕੇ ਹੋਏ ਨੇ ਤੇ ਉਹਨਾਂ ਨੂੰ ਸਾਥ ਮਿਲ ਰਿਹਾ ਭਾਰਤ ਦੇ ਨਾਪਾਕ ਗੁਆਂਢੀ ਪਾਕਿਸਤਾਨ ਦਾ। ਇੱਥੇ ਪੰਜਾਬ ਦੀ ਅਮਨ ਸ਼ਾਂਤੀ ਤੇ ਹਰ ਨਵੀਂ ਵਾਰਦਾਤ ਦੇ ਨਾਲ ਸਵਾਲ ਉੱਠ ਖੜਦੇ ਨੇ।